ਗੁਰਦੁਆਰਾ ਝੰਡਾ ਸਾਹਿਬ ਪਿੰਡ ਪਡਿਆਲਾ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਗੁਰਦੁਆਰਾ ਝੰਡਾ ਸਾਹਿਬ ਵਿਖੇ ਕੀਤੇ ਗਏ ਪਹਿਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪੂਰਨ ਮਰਿਆਦਾ ਅਨੁਸਾਰ ਪਾਏ ਗਏ। ਇਸ ਸਮੇਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਤਮਸਤਕ ਹੋਈਆਂ। ਪਹਿਲਾ ਪ੍ਰਕਾਸ਼ ਦਿਹਾੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਹ ਹੇਠ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਜੀ ਸੋਢੀ ਦੀ ਦੇਖਰੇਖ ਹੇਠ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮੇਂ ਤੇ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਰਾਗੀ ਜਥਾ ਭਾਈ ਸਤਨਾਮ ਸਿੰਘ ਕਨੌਲੀ ਵਾਲੇ, ਗਿਆਨੀ ਪ੍ਰੇਮ ਸਿੰਘ ਜੀ, ਭਾਈ ਗੁਰਮੇਲ ਸਿੰਘ, ਗਿਆਨੀ ਜੁਝਾਰ ਸਿੰਘ ਮਠਾੜੂ, ਭਾਈ ਜਗਮੇਲ ਸਿੰਘ ਖੇੜੀ, ਬੀਬੀ ਗੁਰਵਿੰਦਰ ਕੌਰ, ਭਾਈ ਮੱਗਰ ਸਿੰਘ ਅਨਖੀ, ਭਾਈ ਬਲਵੰਤ ਸਿੰਘ ਸਪਲੀ, ਭਾਈ ਜਸਵੀਰ ਸਿੰਘ ਸਲੇਮਪੁਰ, ਮਾਤਾ ਭਾਗੋ ਢਾਡੀ ਜਥਾ, ਹਜੂਰੀ ਰਾਗੀ ਸਵਰਨ ਸਿੰਘ ਖਰੜ, ਭਾਈ ਕੁਲਵਿੰਦਰ ਸਿੰਘ ਕਵਿਸ਼ਰੀ ਜਥਾ, ਭਾਈ ਨਿਰਮਲ ਸਿੰਘ ਕਵਿਸ਼ਰੀ ਜਥਾ ਮੱਲੇਵਾਲ, ਸਿਮਰਨਜੀਤ ਕੌਰ ਮੋਗਾ ਕਵਿਸ਼ਰੀ ਜਥਾ, ਭਾਈ ਲਖਵੀਰ ਸਿੰਘ ਫਤਿਹਗੜ੍ਹ ਸਾਹਿਬ ਨੇ ਵੀ ਆਪਣੀ ਹਾਜ਼ਰੀ ਲਗਵਾਈ। ਭਗਤ ਕਰਨ ਤੇ ਕਾਜ ਸਵਾਰਤਾ, ਕਾਜ ਸਵਾਰਤਾ, ਕਾਜ ਸਵਾਰਤਾ, ਕਾਜ ਸਵਾਰਤਾ। ਇਹ ਜਾਪ ਗੁਰੂ ਦਾ ਕਰਦੀ ਆ, ਕਦੇ ਸੀਨਾ ਕਰਦੀ ਡਿੱਠੀ ਆ, ਇਹ ਸਿੱਖੀ ਆ, ਇਹ ਸਿੱਖੀ ਆ, ਏ ਸਿੱਖੀ ਆ, ਓ ਸਿੱਖੀ ਆ, ਏ ਸਿੱਖੀ ਆ। ਤੁਬਦਾ ਧਰਮ ਬਚਾਉਂਦੀ ਆ, ਆਇਆ ਨੂੰ ਗਲ ਲਾਉਂਦੀ ਆ, ਰੰਗੇ ਨੂੰ ਜ਼ੁਲਮ ਤੋਂ ਰੋਕਣ ਲਈ ਦਿੱਲੀ ਵੱਲ ਚਾਲੇ ਪਾਉਂਦੀ ਆ। ਉਹਦੇ ਚਰਨਾਂ ਦੇ ਵਿੱਚ ਝੁਕ ਗਿਆ ਧਰਤੀ ਤੇ ਅਸਮਾਨ, ਉਹਦੇ ਹਰ ਮੰਦਰ ਦੀਆਂ ਪੈ ਗਈਆਂ, ਹਰ ਮੰਦਰ ਦੀਆਂ ਧੁੰਮਾਂ ਪੈ ਗਈਆਂ ਵਿੱਚ ਸਾਰੇ, ਉਹਦੇ ਲੰਗਰੋਂ ਰੋਟੀ ਖਾਵਦੇ ਚਰਣੀ ਚਿਤ ਲਾ ਕਿਸੇ ਚੀਜ਼ ਦੀ ਤੋਟ ਨਾ ਰਹਿੰਦੀ, ਕਿਸੇ ਚੀਜ਼ ਦੀ ਤੋਟ ਨਾ ਰਹਿੰਦੀ, ਸੰਤ ਚਰਨ ਜਿੱਥੇ ਛਾਉਂਦੇ ਨੇ ਮੂੰਹ ਮੰਗੀਆਂ ਮਰਾਦਾਂ ਲੋਕੀ ਪਾਉਂਦੇ ਨੇ, ਮੂੰਹ ਮੰਗੀਆਂ ਮਰਾਦਾਂ ਲੋਕੀ ਪਾਉਂਦੇ ਨੇ।
ਪੀਰ ਪੈਗੰਬਰਾਂ ਤੇ ਕੀਤਾ ਕਾਲ ਬਲੀ ਨੇ ਧਾਵਾ ਖੱਟ ਨੇਕੀ ਬੰਦਿਆ ਤੂੰ ਦੁਨੀਆ ਦੋ ਦਿਨ ਬਾਅਦ ਸੁਹਾਵਾ ਰਹਿਣਾ ਹੈ ਆਜ਼ਾਦ ਸਦਾ ਰਹਿਣਾ ਹੈ ਆਜ਼ਾਦ ਸਦਾ ਡਰ ਨਾ ਨਾ ਕਿਸੇ ਕੋਲੋਂ ਮੇਰੇ ਰਾਮ ਕਰੜੇ ਲਾਏ ਜੋਰਾ ਵਰਤੇ ਫਤਿਹ ਸਿੰਘ ਦੋਵੇਂ ਮੰਗਵਾਏ ਹਾਂ ਮੰਗਵਾਏ ਪੁੱਠੀਆਂ ਦੇ ਗਿਆ ਸਚਾਨੰਦ ਕਮੀਆਂ ਕਲੰਗੀ ਧਰਦੇ ਲਾੜੇ ਵਿੱਚ ਚਣਤੇ ਨੀ ਹਾਂ ਚਣਤੇ ਨੀ ਹਾਂ ਸਾਡੇ ਸੱਚੇ ਪਤ ਸਨ ਆਉਂਦਾ ਕੱਲ ਨੂੰ ਸਾਡੇ ਸੱਚੇ ਪਤ ਸਨ ਆਉਂਦਾ ਕੱਲ ਨੂੰ ਅਰਜ ਕਰ ਦੇ ਹੱਥ ਜੋੜ ਸੀਸ ਚਾਰਣਾ ਤੇ ਧਾਰ ਦੇ ਕਰ ਦੇਵ ਸਾਡੇ ਮੁਸ਼ਕ ਹੱਲ ਨੂੰ ਸਾਡੇ ਸੱਚੇ ਪਤ ਸਨ ਆਉਂਦਾ ਕੱਲ ਨੂੰ ਸਾਡੇ ਸੱਚੇ ਪਤ ਸਨ ਆਉਂਦਾ ਕੱਲ ਨੂੰ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸੱਚੋ ਸੱਚ ਹੈ ਸੁਣਾਇਆ ਕੋਈ ਝੂਠ ਹੈ ਨੀ ਬੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਸਾਈਆਂ ਰੱਖੀ ਚਰਨਾ ਦੇ ਕੋਲ ਮੇਰਾ ਵਾਲਿਆ ਜੋਰਾਵਾਰ ਫਤਿਹ ਸਿੰਘ ਫਤਿਹ ਪਾਈ ਹੈ ਧੰਨ 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 ਉਹਨਾਂ ਦੀ ਕਮਾਈ ਹੈ ਜੋਰਾਵਾਰ ਫਤਿਹ ਸਿੰਘ ਫਤਿਹ ਪਾਈ ਹੈ ਧੰਨ 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 ਉਹਨਾਂ ਦੀ ਕਮਾਈ ਹੈ ਜੋਰਾਵਾਰ ਫਤਿਹ ਸਿੰਘ ਫਤਿਹ ਪਾਈ ਹੈ ਧੰਨ 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 ਉਹਨਾਂ ਦੀ ਕਮਾਈ ਹੈ ਹੱਥ ਬਨ ਸ਼ਹਿਰ ਅਰਜੋਈ ਕਰਦੇ
ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ, ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ, ਜਾਣ ਲੈਣਾ ਦਿਲ ਦੀ ਆਵਾਜ਼ ਪਾਤਸ਼ਾਹ, ਰੱਖਣੀ ਨਵਾਣਿਆਂ ਦੀ ਲਾਜ ਪਾਤਸ਼ਾਹ, ਰੱਖਣੀ ਨਵਾਣਿਆਂ ਦੀ ਲਾਜ ਪਾਤਸ਼ਾਹ, ਸਭੀ ਨਾ ਹੋਰ ਨਾ ਸਹਾਰਾ ਦਿਸਦਾ, ਆਸਰਤ ਕਾਮੇ ਦਾ ਤਾਂ ਹੋਰ ਕਿਸ ਦਾ, ਤੂੰ ਸਭੀ ਨਾ ਹੋਰ ਨਾ ਸਹਾਰਾ ਦਿਸਦਾ, ਆਸਰਤ ਕਾਮੇ ਦਾ ਤਾਂ ਹੋਰ ਕਿਸ ਦਾ। ਪਰਮਜੀਤ ਸਿੰਘ ਗਿੱਲ ਰਿਟਾਇਰਡ DIG, ਬਾਬਾ ਜਸਵੀਰ ਸਿੰਘ ਬਡਵਾਲੀ ਵਾਲੇ, ਗੁਰਬਿੰਦਰ ਸਿੰਘ ਮੁਗਲ ਮਾਜਰੀ, ਬਾਬਾ ਅਮਰ ਸਿੰਘ ਭੈਰੋ ਮਾਜਰੇ ਵਾਲੇ, ਬਾਬਾ ਸੁਖਪਾਲ ਸਿੰਘ ਭੈਰੋ ਮਾਜਰੇ ਵਾਲੇ, ਜਗਦੇਵ ਸਿੰਘ ਸਿੱਧੂ SSP, ਗੁਰਚਰਨਜੀਤ ਸਿੰਘ ਸਰਹੰਦ ਜੀ, ਸੇਵਾਦਾਰ ਗੁਰਮੇਲ ਸਿੰਘ, ਜਸਦੇਵ ਸਿੰਘ SSP, ਕਮਲਜੀਤ ਕੌਰ ਸਰਹੰਦ, ਗੁਰਚਰਨ ਸਿੰਘ ਚੰਨਾ ਸਰਹੰਦ, ਸੇਵਾਦਾਰ ਲਖਵਿੰਦਰ ਸਿੰਘ ਲੱਖਾ, ਗੁਰਦਾਸ ਸਿੰਘ, ਕੁਲਦੀਪ ਸਾਊਂਡ ਕੁਰਾਲੀ ਤੋਂ ਇਲਾਵਾ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ। ਸਟੇਜ ਸੈਕਟਰੀ ਦੀ ਡਿਊਟੀ ਰਜਿੰਦਰ ਸਿੰਘ ਰਾਜ ਨੇ ਬਾਖੂਬੀ ਸਾਰੇ ਹੀ ਸੇਵਾਦਾਰਾਂ ਨੇ ਆਪਣੀ ਡਿਊਟੀ ਬੜੀ ਹੀ ਸ਼ਰਧਾ ਭਾਵਨਾ ਨਾਲ ਨਿਭਾਈ। ਸੇਵਾਦਾਰਾਂ ਵੱਲੋਂ ਤਿਆਰ ਕੀਤਾ ਹੋਇਆ ਲੰਗਰ ਅਤੇ ਬੀਬੀਆਂ ਵੱਲੋਂ ਤਿਆਰ ਕੀਤੇ ਹੋਏ ਪ੍ਰਸ਼ਾਦਿਆਂ ਨੂੰ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਛਕਿਆ। ਯਾਦਗਾਰ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ ਗੁਰਦੁਆਰਾ ਝੰਡਾ ਸਾਹਿਬ, ਪਿੰਡ ਪਡਿਆਲਾ, ਜ਼ਿਲ੍ਹਾ ਮੋਹਾਲੀ, ਗੁਰਦੁਆਰਾ ਸਾਹਿਬ ਦੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਹੈ, ਕਿਉਂਕਿ ਇਸ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਜੀ ਸੋਢੀ ਜੀ ਵੱਲੋਂ PGI ਵਾਸਤੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਲੋਕ ਭਲਾਈ ਦੇ ਕੰਮ ਵੀ ਕੀਤੇ ਜਾਂਦੇ ਹਨ। ਗੁਰਦੁਆਰਾ ਝੰਡਾ ਸਾਹਿਬ, ਜ਼ਿਲ੍ਹਾ ਮੋਹਾਲੀ, ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਦੇ ਨਿਰਮਾਤਾ ਸ਼ਮਸ਼ੇਰ ਸਿੰਘ ਖੇੜੀ ਸੋਢੀਆਂ ਵਾਲਿਆਂ ਨਾਲ ਗੱਲਬਾਤ ਕਰਦਿਆਂ ਬੀਬੀ ਮਨਜੀਤ ਕੌਰ ਨੇ ਦੱਸਿਆ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇੱਥੇ ਅਸਥਾਨ 'ਤੇ ਝੰਡਾ ਸਾਹਿਬ ਚਰਨ ਪਏ ਹੋਏ ਨੇ। ਇਹ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਪ੍ਰਕਾਸ਼ ਕੀਤੇ ਗਏ ਸਨ। ਅੱਜ ਤੋਂ 30 ਸਾਲ ਹੋ ਗਏ ਨੇ ਇਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਗੱਦੀ ਨੂੰ ਪ੍ਰਕਾਸ਼ ਹੋਏ। ਇਸ ਦੇ ਦਿਨ ਇਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਹਰਗੁਰੂ ਗੋਬਿੰਦ ਮਹਾਰਾਜ ਜੀ ਦੀ ਮਿੱਠੀ ਨਿੱਘੀ ਯਾਦ ਮਨਾਈ ਜਾਂਦੀ ਆ। ਨੇੜਿਓਂ ਦੂਰੋਂ ਇਲਾਕੇ ਦੀ ਸਾਰੀ ਸੰਗਤ ਰਲ ਕੇ 3 ਰੋਜ਼ ਤੋਂ ਅਖੰਡ ਪਾਠ ਸਾਹਿਬ ਰੱਖੇ ਗਏ ਨੇ। ਹਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਿੱਠੀਆਂ ਨਿੱਘੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ ਅਤੇ ਲੰਗਰ ਟੁੱਟ ਚੱਲ ਰਹੇ ਹਨ। 3 ਰੋਜ਼ ਤੋਂ ਇਲਾਕੇ ਦੀਆਂ ਭੈਣਾਂ ਬੀਬੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਈਆਂ। ਸ਼ਰਧਾ ਦੇ ਨਾਲ ਇਸ ਇਲਾਕੇ ਦੀਆਂ ਬੀਬੀਆਂ ਸਾਰੇ ਪੀਰ ਭਾਈਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਇਸ ਸਥਾਨ 'ਤੇ ਬਹੁਤ ਜ਼ਿਆਦਾ ਸ਼ਰਧਾ ਆ।
ਇਹ ਸਾਰੇ ਇਲਾਕੇ ਦੇ ਲੋਕ ਇੱਥੇ ਆ ਕੇ ਦੋ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਇੱਥੇ ਝੂਲਦੇ ਨੇ। ਉਹਨਾਂ ਨਿਸ਼ਾਨਾਂ ਸਾਹਿਬ ਦੇ ਉੱਤੇ ਪਹਿਲਾਂ ਇੱਥੇ ਗੁਰੂ ਮਹਾਰਾਜ ਜੀ ਦੇ ਨਿਸ਼ਾਨ ਸਾਹਿਬ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਸੀਗਾ। ਫਿਰ 30 ਸਾਲ ਹੋ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਇੱਥੇ ਪ੍ਰਕਾਸ਼ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲਾਂ ਇੱਕ ਨਿਸ਼ਾਨ ਸਾਹਿਬ ਸੀ, ਫਿਰ ਦੋ ਨਿਸ਼ਾਨ ਸਾਹਿਬ ਚਲਾਏ ਗਏ ਤੇ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਨੂੰ ਚੜ੍ਹਦੀਆਂ ਕਲਾ ਹੋਈਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਤੇ 20 ਸਾਲ ਹੋ ਗਏ ਇੱਥੇ ਲੜੀ ਚੱਲ ਰਹੀ ਆ। ਉਸ ਲੜੀ ਦੇ ਵਿੱਚ ਲੋਕ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੇ ਨੇ ਤੇ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਸ ਸਥਾਨ ਤੋਂ ਹਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਥਾਨ ਤੋਂ PGI ਦੇ ਲੰਗਰ ਦੋ ਟਾਈਮ ਜਾਂਦੇ ਨੇ, ਜਿਹਨੇ ਦੋ ਟਾਈਮ ਸਵੇਰੇ ਅਤੇ ਸ਼ਾਮ ਲੰਗਰ ਜਾਂਦੇ ਨੇ, ਜੋ ਵੀ ਲੋੜ ਅਨੁਸਾਰ ਲੋਕਾਂ ਨੂੰ ਲੋੜ ਹੁੰਦੀ ਆ ਅਤੇ ਉਹ ਲੰਗਰ ਨੂੰ ਛਕਦੇ ਨੇ ਕਿ ਉਹਨਾਂ ਦੀਆਂ ਸਾਰੀਆਂ ਲੋਕਾਂ ਦੀਆਂ ਲੋੜਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਗੁਰੂ ਗ੍ਰੰਥ ਮਹਾਰਾਜ ਸਾਹਿਬ ਸਭ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਅਤੇ ਇਹ PGI ਦੇ ਲੰਗਰ ਦੀ ਵੀ ਮਹਿਮਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਸੰਗਤਾਂ ਨੂੰ ਪ੍ਰੇਰ ਕੇ ਜਦੋਂ ਜ਼ਿੰਦਗੀ ਦੇ ਵਿੱਚ ਆਏ ਉਹਨਾਂ ਨੇ ਪ੍ਰੇਰ ਕੇ ਇਹੀ ਕਿਹਾ ਵੀ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਜਾ ਕਰਨੀ ਆ, ਜੋ ਵੀ ਕਾਰਜ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਟਾਸਰਾ ਲੈ ਕੇ ਕਰਨੇ ਨੇ। ਇੱਥੋਂ ਜੋ ਵੀ ਲੰਗਰ ਲੋੜ ਅਨੁਸਾਰ ਜਿਨ੍ਹਾਂ ਨੇ ਵੀ ਛਕਣੇ ਹੁੰਦੇ ਨੇ ਉਹਨਾਂ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ PGI ਲੰਗਰ ਜਾਂਦੇ ਨੇ ਅਤੇ ਹੋਰ ਵੀ ਉਹਨਾਂ ਦੀਆਂ ਜੋ ਵੀ ਪੂਜਾ ਹੁੰਦੀਆਂ ਨੇ, ਕਿਸੇ ਨੂੰ ਦਵਾਈ ਬੂਟੀ ਦੀ ਲੋੜ ਆ, ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਆ, ਉਹਨਾਂ ਦੀ ਲੋੜਾਂ ਪੂਰੀਆਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਅੰਦਰ ਹੁੰਦੀਆਂ ਨੇ। ਅਤੇ ਇਲਾਕੇ ਦੀਆਂ ਸੰਗਤਾਂ ਦੀ ਇੰਨੀ ਇੱਥੇ ਸ਼ਰਧਾ ਹੈ, ਭੈਣਾਂ ਬੀਬੀਆਂ ਨੂੰ ਸਾਰੇ ਵੀਰਾਂ ਭਾਈਆਂ ਦੀ ਇੰਨੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ 'ਤੇ ਭਰੋਸਾ ਵੀ ਨਹੀਂ ਕਰਦੇ। ਉਹ ਜਦੋਂ ਵੀ ਆਉਂਦੇ ਨੇ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਵੀ ਮੰਗਦੇ ਨੇ ਉਹਨਾਂ ਨੂੰ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਕਿਸਮ ਦੀ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਸ਼ਮਸ਼ੇਰ ਸਿੰਘ ਖੇੜੀ ਸੋਢੀਆਂ ਵਾਲੇ 9848-46-300 9848-46-300। ਕਿਸੇ ਵੀ ਕਿਸਮ ਦੀ ਕਵਰੇਜ ਕਰਵਾਉਣ ਲਈ ਸੰਪਰਕ ਕਰੋ ਸ਼ਮਸ਼ੇਰ ਸਿੰਘ ਖੇੜੀ ਸੋਢੀਆਂ ਵਾਲੇ 9848-46-300 9848-46-300।